ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੱਡੀ ਐਟ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਜੇਲ੍ਹ ਵਾਰਡਰ ਦੇ ਜਿਹੜੇ ਫਿਜ਼ੀਕਲ ਹੁਣ 9 ਤਰੀਕ ਤੋਂ ਸ਼ੁਰੂ ਹੋ ਚੁੱਕੇ ਹਨ। ਅੱਜ ਪਹਿਲਾ ਦਿਨ ਸੀ ਜੇਲ੍ਹ ਵਾਰਡਰ ਦੇ ਫਿਜ਼ੀਕਲ ਦਾ, ਠੀਕ ਹੈ, 9 ਤਰੀਕ ਸੀ ਅੱਜ, ਠੀਕ ਹੈ। ਜਿਹੜੇ ਜਿਹੜੇ ਸਟੂਡੈਂਟ ਫਿਜ਼ੀਕਲ ਅੱਜ ਦੇ ਕੇ ਆਏ ਹੈ ਉਹਨਾਂ ਦਾ ਕੀ ਰਿਵਿਊ ਰਿਹਾ, ਉਸ ਦੇ ਆਧਾਰ 'ਤੇ ਤੁਹਾਨੂੰ ਸਾਰੀ ਡਿਟੇਲ ਦੱਸਾਂਗਾ। ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਹੈ ਜਿਨ੍ਹਾਂ ਦਾ ਅੱਗੇ 10, 11, 12, 13 ਇਹਨਾਂ ਤਰੀਕਾਂ ਵਿੱਚ ਜਿਨ੍ਹਾਂ ਦਾ ਵੀ ਫਿਜ਼ੀਕਲ ਹੈ, ਉਹ ਸਾਰੇ ਸਟੂਡੈਂਟ ਬਹੁਤ ਚੰਗੀ ਤਰ੍ਹਾਂ ਬਹੁਤ ਧਿਆਨ ਨਾਲ ਵੀਡੀਓ ਦੇਖਣ, ਕਿਉਂਕਿ ਉਹਨਾਂ ਲਈ ਬਹੁਤ ਜ਼ਰੂਰੀ ਗੱਲਾਂ ਇਸ ਵਿੱਚ ਦੱਸੀਆਂ ਜਾਣਗੀਆਂ ਜਿਹੜੇ ਕਿ ਉਹਨਾਂ ਨੂੰ ਫਿਜ਼ੀਕਲ ਕਲੀਅਰ ਕਰਨ ਵਿੱਚ ਹੈਲਪ ਕਰ ਸਕਦੀਆਂ, ਠੀਕ ਹੈ। ਸਭ ਤੋਂ ਪਹਿਲੀ ਗੱਲ ਤਾਂ ਹੈ, ਬਹੁਤ ਸਾਰੇ ਸਟੂਡੈਂਟ ਪੁੱਛ ਰਹੇ ਸਨ ਕਿ ਰੱਸਾ ਚੜ੍ਹਨ ਲਈ ਲੱਤਾਂ ਦੀ ਆਪਣਾ ਜਿਹੜੇ ਵਰਤੋਂ ਕਰ ਸਕਦੇ ਹੈ। ਦੇਖੋ, ਲੱਤਾਂ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਪੈਰਾਂ ਦੀ, ਜਿਵੇਂ ਕੈਂਚੀ ਟਾਈਪ ਬਣਾਉਂਦੇ ਹੁੰਦੇ ਆ, ਪਰੰਤੂ ਤੁਸੀਂ ਗੁੱਠਿਆਂ ਦੀ ਵਰਤੋਂ ਨਹੀਂ ਕਰ ਸਕਦੇ। ਜਿਵੇਂ ਆਪਾਂ ਅੰਗੂਠਾ ਪਾ ਕੇ ਵਿੱਚ ਰੱਸੇ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰੀਏ, ਉੱਦਾਂ ਤੁਸੀਂ ਨਹੀਂ ਯੂਜ਼ ਕਰ ਸਕਦੇ। ਪਰੰਤੂ ਜੋ ਰੱਸਾ ਚੜ੍ਹਨ ਦੀ ਰੀਅਲ ਟੈਕਨੀਕ ਹੈ, ਜੋ ਆਪਾਂ ਇੱਕ ਰੱਸੇ ਨੂੰ ਗ੍ਰਿਪ ਬਣਾਉਂਦੇ ਹਾਂ ਇੱਕ ਦੋਨਾਂ ਪੈਰਾਂ ਵਿੱਚ ਜਕੜ ਕੇ, ਉਹ ਤੁਸੀਂ ਯੂਜ਼ ਕਰ ਸਕਦੇ ਹੋ। ਸੇਮ ਜਿਵੇਂ ਤੁਹਾਨੂੰ ਦੱਸਿਆ ਸੀ ਜੇਲ੍ਹ ਵਾਰਡਰ ਜੇਲ੍ਹ ਸੁਪਰਡੈਂਟ ਵਿੱਚ ਵੀ ਇੱਦਾਂ ਹੀ ਉਹਨਾਂ ਨੇ ਕਿਹਾ ਸੀ, ਉਹੀ ਪ੍ਰੋਸੈਸ ਇੱਥੇ ਹੈ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਪਰੰਤੂ ਅੱਜ ਜਿਹੜਾ ਬਿਲਕੁਲ ਫਾਈਨਲੀ ਕਲੀਅਰ ਕੱਟ ਹੋ ਚੁੱਕਿਆ ਹੈ ਜੋ ਅੱਜ ਦੇ ਮਤਲਬ ਕਿ ਰਿਵਿਊ ਹਨ ਅੱਜ ਦੇ ਸਟੂਡੈਂਟ ਦੇ ਕੇ ਆਏ ਹਨ, ਠੀਕ ਹੈ। ਉਸ ਤੋਂ ਬਾਅਦ ਡੌਪ ਟੈਸਟ, ਡੌਪ ਟੈਸਟ ਜਿਵੇਂ ਕਿ ਜੇਲ੍ਹ ਸੁਪਰਡੈਂਟ ਵਿੱਚ ਵੀ ਕੋਈ ਨਹੀਂ ਸੀ, ਅੱਜ ਵੀ ਇੱਥੇ ਸਟੂਡੈਂਟਾਂ ਦਾ ਕੋਈ ਵੀ ਡੌਪ ਟੈਸਟ ਨਹੀਂ ਲਿਆ ਗਿਆ। ਬਸ ਜਿਸ ਕਿਸੇ ਉੱਤੇ ਕੋਈ ਸ਼ੱਕ ਜ਼ਾਹਰ ਕੀਤਾ ਜਾਂਦਾ ਸੀ ਉਸੇ ਸਟੂਡੈਂਟ ਦੇ ਜਿਹੜੇ ਡੌਪ ਟੈਸਟ ਲਿਆ ਜਾਵੇਗਾ, ਬਾਕੀ ਕਿਸੇ ਵੀ ਆਏ ਨਹੀਂ ਹੈਗਾ ਵੀ ਸਾਰੇ ਸਟੂਡੈਂਟ ਡੌਪ ਟੈਸਟ ਲਿਆ ਜਾਵੇਗਾ, ਇੱਦਾਂ ਕੁਝ ਨਹੀਂ ਹੈ, ਠੀਕ ਹੈ। ਪਰੰਤੂ ਫਿਰ ਵੀ ਤੁਸੀਂ ਆਪਣਾ ਬਹੁਤ ਧਿਆਨ ਨਾਲ ਜਿਹੜਾ ਕੋਈ ਵੀ ਇੱਦਾਂ ਦੀ ਕੋਈ ਦਵਾਈ ਐਂਟੀਸੈਪਟਿਕ ਨਹੀਂ ਖਾ ਕੇ ਜਾਣੀ ਜਿਸ ਨਾਲ ਕਿ ਜੋ ਤੁਹਾਨੂੰ ਡਰ ਹੋਵੇ ਕਿ ਉਹ ਡੌਪ ਟੈਸਟ ਵਿੱਚ ਆ ਸਕਦੀ ਹੈ, ਠੀਕ ਹੈ। ਆਪਣਾ ਬਿਲਕੁਲ ਨੋਰਮਲ ਜਿਵੇਂ ਤੁਸੀਂ ਜਾਣਦੇ ਹੋ ਉਸੇ ਤਰ੍ਹਾਂ ਤੁਸੀਂ ਜਿਹੜਾ ਫਿਜ਼ੀਕਲ ਦੇਣਾ ਹੈ। ਹੁਣ ਅੱਗੇ ਗੱਲ, ਸਭ ਤੋਂ ਔਖੀ ਚੀਜ਼ ਕਿਹੜੀ ਹੈ? ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ ਜੇਲ੍ਹ ਸੁਪਰਡੈਂਟ ਦਾ ਜਿਹੜਾ ਹੋਇਆ ਸੀ ਉੱਥੇ ਸਭ ਤੋਂ ਜ਼ਿਆਦਾ ਸਟੂਡੈਂਟ ਜਿਹੜੀ ਮਾਰ ਖਾਧੀ ਸੀ ਉਹ 100 ਮੀਟਰ ਰੇਸ 'ਚ ਮਾਰ ਖਾਧੀ। 100 ਮੀਟਰ ਰੇਸ 'ਚ ਮਾਰ ਕਿਵੇਂ ਖਾਧੀ? ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਘਰਾਂ ਲਗਾਉਂਦੇ ਆ ਰੇਸ, ਉਹਨਾਂ ਨੂੰ ਲੱਗਦਾ ਕਿ 100 ਮੀਟਰ ਅਸੀਂ ਆਸਾਨੀ ਨਾਲ ਕਰ ਲਉਂਗੇ, ਪਰੰਤੂ ਅੱਜ ਵੀ ਉੱਥੇ ਇਹੀ ਗੱਲ ਹੋਈ। 100 ਮੀਟਰ ਰੇਸ ਹੈ ਜਿਹੜੀ ਨਾ, ਉਹ ਪਿਓਰ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਪੂਰੇ 15 ਸੈਕਿੰਡ, ਜਿਹੜੇ ਪੂਰੇ 15 ਸੈਕਿੰਡ ਹੈ, ਤੁਸੀਂ ਇੱਕ ਮਤਲਬ ਕਿ 0.001 ਸੈਕਿੰਡ ਦਾ ਵੀ ਅੱਗੇ ਪਿੱਛੇ ਨਹੀਂ ਕਰ ਸਕਦੇ। ਬਹੁਤ ਸਾਰੇ ਸਟੂਡੈਂਟ ਜਿਹੜੇ ਅੱਜ ਵੀ 0.001 ਸੈਕਿੰਡ ਨਾਲ ਵੀ ਰਹੇ ਹੋਣਗੇ, ਠੀਕ ਹੈ। ਇਸ ਕਰਕੇ ਉਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਬਹੁਤ ਚੰਗੀ ਤਰ੍ਹਾਂ ਪ੍ਰੈਕਟਿਸ ਕਰੋ। ਜਿੱਥੇ ਵੀ ਤੁਸੀਂ ਘਰਾਂ ਪ੍ਰੈਕਟਿਸ ਕਰਦੇ ਹੋ ਉੱਥੇ ਇੰਨੀ ਚੰਗੀ ਤਰ੍ਹਾਂ ਪ੍ਰੈਕਟਿਸ ਕਰੋ ਕਿ ਜਿਹੜੀ ਤੁਹਾਡੀ ਰੇਸ ਹੈ ਉਹ ਘੱਟੋ ਘੱਟ 13 ਸੈਕਿੰਡ ਵਿੱਚ ਨਿਕਲੇ। ਔਰ ਟਾਈਮ ਵੀ ਪੂਰਾ ਸਹੀ ਅਤੇ ਸਟੀਕ ਟਾਈਮ ਦੇਖਣਾ, 13 ਸੈਕਿੰਡ। ਇਹ ਨਾ ਹੋਵੇ ਕਿ ਤੁਸੀਂ ਟਾਈਮ ਜਿਹੜਾ ਦੇਖ ਰਹੇ ਹੈ ਕੱਢ ਤੁਸੀਂ 15 ਸੈਕਿੰਡ 'ਚ ਰਹੇ ਹੈ ਔਰ ਤੁਹਾਨੂੰ ਦੱਸਣ ਵਾਲਾ ਕਹਿ ਰਿਹਾ ਹਾਂ ਤੁਸੀਂ 13 ਸੈਕਿੰਡ 'ਚ ਕੱਢਤੀ, ਉਹ ਬਹੁਤ ਹੀ ਘਾਤਕ ਸਿੱਧ ਹੁੰਦੀ ਉੱਥੇ, ਕਿਉਂਕਿ ਉੱਥੇ ਟਾਈਮ ਹੈ ਜਿਹੜਾ ਬਿਲਕੁਲ A to Z ਪੁਆਇੰਟ ਪੁਆਇੰਟ 1 ਸੈਕਿੰਡ ਨਾਲ ਵੀ ਕਰੈਕਟ ਟਾਈਮ ਕਾਊਂਟ ਕੀਤਾ ਜਾਂਦਾ, ਠੀਕ ਹੈ। ਕਿਉਂਕਿ ਸੈਂਸਰ ਲੱਗੇ ਹੁੰਦੇ ਆ ਪੈਰਾਂ 'ਤੇ, ਠੀਕ ਹੈ, ਪੈਰਾਂ 'ਤੇ ਤੁਹਾਡੇ ਸੈਂਸਰ ਲੱਗੇ ਹੋਣਗੇ, ਜਿੱਥੋਂ ਤੁਸੀਂ ਸ਼ੁਰੂ ਕਰਨਾ ਹੈ, ਠੀਕ ਹੈ, ਉੱਥੋਂ ਸੈਂਸਰ ਦੇ ਆਪਣੀ ਮਤਲਬ ਕਿ ਸ਼ੁਰੂ ਹੋ ਜਾਣਾ ਹੈ, ਠੀਕ ਹੈ। ਜਿੱਥੇ ਤੁਸੀਂ ਐਂਡ ਕਰਨਾ ਹੈ ਉਸ ਪੈਡ ਉੱਤੇ ਜਾ ਕੇ ਐਂਡ ਹੋ ਜਾਣਾ। ਮਤਲਬ ਜੇਕਰ ਤੁਸੀਂ 0.001 ਸੈਕਿੰਡ ਨਾਲ ਵੀ ਤੁਸੀਂ ਮਤਲਬ ਵੱਧ ਲੈਂਦੇ ਹੋ 15 ਸੈਕਿੰਡ ਤੋਂ, ਤਾਂ ਵੀ ਤੁਸੀਂ ਮਤਲਬ ਰਿਜੈਕਟ ਕੀਤੇ ਜਾਓਗੇ ਉੱਥੇ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ। ਸਭ ਤੋਂ ਜ਼ਿਆਦਾ ਸਟੂਡੈਂਟ ਇਸੇ ਵਿੱਚ ਜੇਲ੍ਹ ਸੁਪਰਡੈਂਟ ਵਿੱਚ ਮਾਰ ਖਾਧੀ ਸੀ। ਮਤਲਬ ਸਟੂਡੈਂਟ ਨੇ ਚੰਗੇ ਚੰਗੇ ਸਟੂਡੈਂਟ ਨੇ ਨੰਬਰ ਪਤਾ ਕਿੰਨੇ ਸੀ, 80-80, 90-90 ਸੀਗੇ, ਠੀਕ ਹੈ। ਉਹ ਸਟੂਡੈਂਟਾਂ ਨੇ ਰੇਸ ਵਿੱਚ ਇੱਥੇ ਮਾਰ ਖਾਧੀ ਅਤੇ ਆਪਣੀ ਜਿਹੜੀ ਨੌਕਰੀ ਕਿੱਡੀ ਵਧੀਆ ਮਤਲਬ ਕਿ 2 ਸਟਾਰ ਤੁਸੀਂ ਸਮਝ ਸਕਦੇ ਹੋ ਜੇਲ੍ਹ ਸੁਪਰਡੈਂਟ ਦੀ ਨੌਕਰੀ ਜਿਹੜੀ ਉਹਨਾਂ ਨੇ ਗਵਾਈ। ਹੁਣ ਤੁਹਾਡੇ ਕੋਲ ਵੀ ਇਹ ਦੁਬਾਰਾ ਮੌਕਾ ਹੈ ਕਿ ਤੁਸੀਂ ਆਪਣਾ ਚੰਗੀ ਤਰ੍ਹਾਂ 100 ਮੀਟਰ ਉੱਤੇ ਪੂਰਾ ਫੋਕਸ। 100 ਮੀਟਰ ਬਸ ਆਏ ਆ ਵੀ ਇੱਕ ਤਰ੍ਹਾਂ ਨਾਲ ਸੋਚ ਕੇ, ਬਸ ਜਦੋਂ ਸ਼ੁਰੂ ਹੋ ਗਿਆ ਵੀ ਬਸ ਚਿੱਤਾ ਬਣ ਜਾਣਾ ਵੀ ਖਿੱਚ ਦਿਓ ਕੰਮ ਨੂੰ ਉੱਥੇ। ਮਤਲਬ ਕਿ ਬਹੁਤ ਹੀ ਪਲਾਂ ਬੱਚੇ ਤੁਸੀਂ ਹੋ ਸਕਦੇ ਹੋ, ਮਤਲਬ ਕਿ ਪਲਾਂ ਦਾ ਕੰਮ ਹੁੰਦਾ। 15 ਸੈਕਿੰਡ ਕਿਆ ਹੁੰਦੇ ਆ? ਕੁਝ ਵੀ ਨਹੀਂ ਹੁੰਦੇ ਹੈਗੇ, ਠੀਕ ਹੈ। ਤੁਸੀਂ ਸੋਚ ਸਕਦੇ ਹੋ 15 ਸੈਕਿੰਡ ਕਿੰਨੇ ਹੁੰਦੇ ਆ। ਮੈਂ ਜਿੰਨੇ ਵਿੱਚ ਆਹ ਬੋਲ ਰਿਹਾ 2-4 ਲਾਈਨਾਂ ਜੀਆਂ, ਇੰਨੇ 'ਚ 15 ਸੈਕਿੰਡ ਨਿਕਲ ਗਏ, ਠੀਕ ਹੈ। 15 ਸੈਕਿੰਡ ਬਹੁਤ ਘੱਟ ਸਮਾਂ ਹੁੰਦਾ, ਮਤਲਬ ਬਿਲਕੁਲ ਸੋਚਣਾ ਸਮਾਂ ਨਹੀਂ। ਬਸ ਤੁਸੀਂ ਉੱਥੇ ਜਿੰਨੀ ਸੀਟ ਵਿੱਚ ਜਾਣਾ ਹੈ ਪੂਰੀ ਲਾਹ ਦੇਣੀ ਹੈ 15 ਸੈਕਿੰਡ ਵਿੱਚ। ਉਹ 15 ਸੈਕਿੰਡ ਤੁਹਾਡੇ ਲਈ ਬਹੁਤ ਕੀਮਤੀ ਹੈ, ਠੀਕ ਹੈ। ਕਿਉਂਕਿ ਜੇ 100 ਮੀਟਰ ਰੇਸ ਨਹੀਂ ਕੱਢ ਸਕੋਗੇ ਤਾਂ ਅੱਗੇ ਤਾਂ 0 ਹੋ ਗਿਆ, ਸਮਝ ਲਓ। ਜੇ ਅਸੀਂ 100 ਮੀਟਰ ਰੇਸ ਨਹੀਂ ਕੱਢ ਸਕੇ ਤਾਂ ਗੋਲਾ ਜਾਂ ਰੱਸੇ ਦੀ ਤਾਂ ਵਾਰੀ ਓ ਨਹੀਂ ਆਉਣੀ ਹੈ। ਸਭ ਤੋਂ ਪਹਿਲਾਂ ਤੁਸੀਂ 100 ਮੀਟਰ ਉੱਤੇ ਪੂਰਾ ਫੋਕਸ ਰੱਖਿਓ। 100 ਮੀਟਰ ਬਹੁਤ ਜਾਨ ਨਾਲ ਕੱਢਣੀ ਹੈ। 100 ਮੀਟਰ ਰੇਸ ਨਿਕਲ ਗਈ, ਗੋਲਾ ਹੈ, ਗੋਲਾ ਇੰਨਾ ਔਖਾ ਨਹੀਂ, ਗੋਲਾ ਆਸਾਨੀ ਨਾਲ ਤੁਸੀਂ ਕਰ ਸਕਦੇ ਹੋ। ਰੱਸਾ ਸੀ, ਜੇ ਰੱਸਾ ਤੁਹਾਨੂੰ ਬਿਨਾਂ ਲੱਤਾਂ ਤੋਂ ਕਹਿੰਦੇ ਤਾਂ ਬਹੁਤ ਮੁਸ਼ਕਿਲ ਆਉਣੀ ਸੀ, ਪਰੰਤੂ ਰੱਸਾ ਤੁਸੀਂ ਆਪਣਾ ਗ੍ਰਿਪ ਬਣਾ ਕੇ ਚੜ੍ਹ ਸਕਦੇ ਹੋ, ਠੀਕ ਹੈ। ਇਸ ਕਰਕੇ ਰੱਸੇ 'ਚ ਬਹੁਤ ਜ਼ਿਆਦਾ ਉਹ ਨਹੀਂ ਹੈ, ਟੈਕਨੀਕ ਹੁੰਦੀ ਹੈ। ਯੂਟਿਊਬ 'ਤੇ ਭਰਿਆ ਪਿਆ ਵੀਡੀਓਜ਼, ਤੁਸੀਂ ਜਿਵੇਂ ਗ੍ਰਿਪ ਬਣਾਉਣੀ ਸਿੱਖ ਲਓ ਇੱਕ ਵਾਰ। ਜੇ ਤੁਸੀਂ ਆਸਾਨੀ ਗ੍ਰਿਪ ਬਣਾਉਣੀ ਸਿੱਖ ਲਈ ਨਾ ਮਾੜੀ ਜੀ ਵੀ, ਇੱਕ ਦਿਨ ਵਿੱਚ ਤੁਸੀਂ ਗ੍ਰਿਪ ਬਣਾਉਣੀ ਸਿੱਖ ਸਕਦੇ ਹੋ। ਮਤਲਬ ਜਿਨ੍ਹਾਂ ਦਾ ਕੱਲ੍ਹ ਨੂੰ ਉਹ ਤਾਂ ਹੁਣ ਅੱਜ ਕੁਛ ਕਰ ਨਹੀਂ ਸਕਦੇ, ਪਰੰਤੂ ਜਿਨ੍ਹਾਂ ਦਾ ਅਗਲੇ 2-3 ਦਿਨਾਂ ਵਿੱਚ ਹੈਗਾ ਨਾ, ਉਹ ਕੋਈ ਕਿਤੇ ਵੀ ਰੱਸਾ ਜੇਕਰ ਲਟਕਦਾ ਨਾ ਉੱਥੇ ਆਪਣੀ ਗ੍ਰਿਪ ਬਣਾਉਣੀ ਸਿੱਖ ਲਓ। ਜੇ ਤੁਸੀਂ ਗ੍ਰਿਪ ਆ ਗਈ ਤੁਹਾਡੀ ਤਾਂ ਸਮਝੋ ਤੁਸੀਂ ਆਸਾਨੀ ਨਾਲ ਰੱਸਾ ਚੜ੍ਹ
ਦੋ ਵਾਰ ਵਿੱਚ ਤੁਸੀਂ ਰੱਸੇ ਦੀ ਗ੍ਰਿਪ ਬਣਾਉਣੀ ਸਿੱਖ ਗਏ ਨਾ, ਗ੍ਰਿਪ ਦਾ ਕੰਮ ਹੈ ਸਾਰਾ, ਗ੍ਰਿਪ ਬਣ ਗਈ ਤੁਹਾਡੀ, ਸਮਝੋ ਤੁਸੀਂ ਰੱਸਾ ਚੜ੍ਹ ਗਏ, ਠੀਕ ਹੈ। ਬਸ ਹਾਂ 100 ਮੀਟਰ ਰੇਸ ਹੈ ਉਹ ਤੁਹਾਡੀ ਬਹੁਤ ਮਿਹਨਤ ਮੰਗਦਾ, ਜੇਕਰ ਹੁਣ ਤੁਸੀਂ ਮਿਹਨਤ ਕਰੀ ਹੋਊਗੀ, ਮਤਲਬ ਤੁਸੀਂ 10-15 ਦਿਨ ਦੌੜੇ ਹੋਊਗੇ 100 ਮੀਟਰ ਰੇਸ ਵਿੱਚ, ਤਾਂ ਤੁਸੀਂ ਆਸਾਨੀ ਨਾਲ ਕਰ ਸਕਦੇ। ਇੱਥੇ ਮੈਂ ਤੁਹਾਨੂੰ ਡੀਮੋਟੀਵੇਟ ਨਹੀਂ ਕਰ ਰਿਹਾ, ਬਸ ਇੰਨਾ ਕਿਹਾ ਵੀ 100 ਮੀਟਰ ਰੇਸ ਉੱਤੇ ਆਪਣੀ ਜਾਨ ਲਾ ਦਿਓ, ਜੇ 100 ਮੀਟਰ ਕਲੀਅਰ ਕਰੋਗੇ ਤਾਂ ਹੀ ਸਭ ਕੁਝ ਹੋਣਾ ਹੈ, ਕਿਉਂਕਿ ਉੱਥੇ ਹੀ ਸਾਰੇ ਸਟੂਡੈਂਟ ਹੈ ਜਿਹੜੇ ਉਹ ਅੜ ਰਹੇ ਹੈ, ਠੀਕ ਹੈ। ਸੋ ਦੁਬਾਰਾ ਮੌਕਾ ਨਹੀਂ ਮਿਲਦਾ ਹੈ, ਕਿਉਂਕਿ 1 ਵਾਰ ਹੈ ਮੌਕਾ, ਹਾਲੇ ਗੋਲਾ ਸਿੱਟਣ 'ਚ ਰੱਸਾ ਉਹਦਾ ਵੀ ਮੌਕਾ ਮਿਲਦਾ ਹੈ ਤੁਹਾਨੂੰ 3-3 ਵਾਰ, ਠੀਕ ਹੈ, ਪਰੰਤੂ 100 ਮੀਟਰ ਰੇਸ ਦਾ 1 ਮੌਕਾ ਹੈ, ਔਰ ਉਹ 15 ਸੈਕਿੰਡ ਬਹੁਤ ਕੀਮਤੀ ਹੈ, ਬਹੁਤ ਧਿਆਨ ਨਾਲ ਕਰਿਓ, ਠੀਕ ਹੈ। ਤਾਂ ਹੀ ਵਾਰ ਵਾਰ ਕਹਿ ਰਹੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਹੋਰ ਅਪਡੇਟ ਜੇ ਕੋਲ ਕੱਲ੍ਹ ਨੂੰ ਪਰਸੋਂ ਨੂੰ ਕੋਈ ਵੀ ਆਉਂਦਾ ਹੈ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਦੀ ਡੇਟ ਲਈ ਇਹੀ ਅਪਡੇਟ ਸੀ ਜੇਲ੍ਹ ਬਾਰਡਰ ਦੇ ਲਈ, ਬਾਕੀ ਅੱਗੇ ਤੁਹਾਨੂੰ ਪਤਾ ਹੀ ਹੈ, ਜਿਹੜੇ ਸਟੂਡੈਂਟ ਰਿਜੈਕਟ ਫੇਲ ਹੋ ਰਹੇ ਇਸ ਵਿੱਚ ਨਿਰਾਸ਼ ਨਾ ਹੋਣ। ਮੈਨੂੰ ਪਤਾ ਹੈ ਤੁਸੀਂ ਵਾਟ ਐਂਡਡ ਦਾ ਪੇਪਰ ਵੀ ਭਰਿਆ ਹੋਏਗਾ, ਵਾਟ ਐਂਡਡ ਦਾ ਪੇਪਰ 15 ਨਵੰਬਰ ਨੂੰ, ਜਿਹੜਾ 14 ਨਵੰਬਰ ਨੂੰ ਆ ਰਿਹਾ, ਸੋਰੀ, ਠੀਕ ਹੈ। ਉਸ ਦੀ ਤਿਆਰੀ ਕਰੋ, ਸਾਰਾ ਸਿਲੇਬਸ ਆਪਾਂ ਨੇ ਤੁਹਾਨੂੰ ਕਵਰ ਕਰਵਾਇਆ ਹੋਇਆ, ਸਾਰੀਆਂ ਵੀਡੀਓਜ਼ ਦੇਖੋ, ਤੁਹਾਡੀ ਤਿਆਰੀ ਚੰਗੀ ਤਰ੍ਹਾਂ ਹੋ ਜਾਵੇਗੀ, ਅੱਗੇ ਮੋਕ ਟੈਸਟ ਵੀ ਤੁਹਾਡੇ ਲਈ ਲੈ ਕੇ ਆਵਾਂਗੇ, ਵੀਡੀਓਜ਼ ਪਾਵਾਂਗੇ, ਠੀਕ ਹੈ, ਚੰਗੀ ਤਰ੍ਹਾਂ ਤੁਹਾਡੀ ਤਿਆਰੀ ਹੋ ਜਾਵੇਗੀ। ਇਸ ਕਰਕੇ ਨਿਰਾਸ਼ ਨਹੀਂ ਹੋਣਾ ਬਿਲਕੁਲ, ਜਿਹੜੇ ਮਤਲਬ ਕਿ ਫਿਜ਼ੀਕਲ ਵਿੱਚ ਫੇਲ ਹੋ ਰਹੇ ਹੈ, ਅੱਗੇ ਹੋਰ ਪੇਪਰ ਬਹੁਤ ਆ ਰਹੇ ਹੈ ਤੁਹਾਡੇ ਲੈਵਲ ਦੇ, ਠੀਕ ਹੈ। ਇਸ ਤੋਂ ਬਾਅਦ ਇੱਕ ਤੁਹਾਡਾ ਹੋਰ ਪੇਪਰ ਆਉਣਾ ਹੈ, ਮਤਲਬ ਪਲੱਸ 2 ਲੈਵਲ ਦਾ, ਮੈਂ ਤੁਹਾਨੂੰ ਦੱਸਾਂਗਾ, ਜਲਦੀ ਅਪਡੇਟ ਦੇਵਾਂਗਾ, ਉਹ ਵੀ ਬਹੁਤ ਵਧੀਆ ਪੋਸਟ ਹੋਵੇਗੀ ਤੁਹਾਡੇ ਲਈ, ਠੀਕ ਹੈ। ਸਾਰੇ ਜਣੇ ਨੇ ਆਪਣੀ ਮਿਹਨਤ ਕਰਨੀ ਹੈ, ਚੰਗੀ ਤਰ੍ਹਾਂ ਰੱਸਾ ਅਤੇ ਮਤਲਬ ਕਿ ਜੋ ਵੀ ਰੇਸ ਹੈ ਚੰਗੀ ਤਰ੍ਹਾਂ ਕਰਨਾ ਹੈ, ਠੀਕ ਹੈ। ਤੁਹਾਡੀ ਸਫਲਤਾ ਤੁਹਾਨੂੰ ਮਤਲਬ ਕਿ ਜ਼ਰੂਰ ਹਾਸਿਲ ਹੋਵੇਗੀ। ਅੱਜ ਦੀ ਵੀਡੀਓ 'ਚ ਇੰਨਾ ਹੀ।